पंजाब सरकार वालों सिक्ख्या दे म्यार नूं उच्चा चुकन लई पहल दे आधार ते तरजीह दित्ती जा रही है। पर नाभा ब्लॉक दे पिंड गदाइयां दा सरकारी एलीमेंटरी स्कूल च पढ़ाई ना होण दे चलदिआं विद्यार्थियों के मापियां दे वल्लों स्कूल दे मुख अध्यापक दे खिलाफ रोस प्रदर्शन किया गया। उन्होंने मांग की है कि स्कूल दे मुख अध्यापक बच्चों नूं पढ़ाउंदे नहीं, जिस कारण असीं बच्चों नूं हटा के नाल दे स्कूलां च भेजण लई मजबूर हाँ। स्कूल च प्रॉब्लम जी ये आगा भी स्कूल सरकार खोलदी आ पिंडां दे विच पढ़ाई चंगी होवे ते जे पढ़ाई चंगी होगी तो बच्चे नैतिक कदर कीमत वल वधणगे, कोई चंगे मतलब जिहड़े संस्कार ने वह ग्रहण करनगे। साडे पिंड दी हालत इस तो वक्खरी है, साडे पिंड स्कूल दे विच जिहड़ी आ पढ़ाई वो नहीं हो रही ठीक तरीके नाल, ठीक तरीके नाल के बिल्कुल नहीं हो रही। साडे स्कूल दे विच स्कूल वालों पता नहीं तो पंचायत वालों आ पता नहीं स्कूल वालों है प्राइवेट तौर पर एक टीचर रखी हुई है उही बच्चों को पढ़ाती है। तो सब तो वड्डी जिहड़ी गल सितम दी गल जिहड़ी है ਉਹ ਇਹ ਹੈ ਕਿ ਸਾਡੇ ਪਿੰਡ ਦੇ 18 ਬੱਚੇ ਢੀਲੋਵਾਲ ਪੜਨ ਜਾਂਦੇ ਨੇ 10 ਘੰਟੇ ਵਾਲਾ 10 ਗੁਰਦਿੱਤਪੁਰੇ ਪੜਨ ਜਾਂਦੇ ਨੇ ਕਿਉਂਕਿ ਸਾਡੇ ਪਿੰਡਾਂ ਦਾ ਫਾਸਲਾ ਜਿਹੜਾ ਅੱਧਾ ਅੱਧਾ ਕਿਲੋਮੀਟਰ ਦਾ ਹੀ ਹੈ। ਜਿਹੜੇ ਢੀਲੋਵਾਲ ਪੜਨ ਜਾਂਦੇ ਨੇ ਸਾਡੇ ਬੱਚੇ ਉਹ 250 ਰੁਪਏ ਵੈਨ ਵਾਲੇ ਨੂੰ ਕਿਰਾਇਆ ਪੇ ਕਰਕੇ ਢੀਲੋਵਾਲ ਪੜਨ ਜਾਂਦੇ ਨੇ। 96% ਪੰਜਵੀਂ ਦੇ ਵਿੱਚੋਂ ਨੰਬਰ ਢੀਲੋਵਾਲ ਪੜ੍ਹ ਕੇ ਪਾਸ ਕੀਤੀ ਉਹਨੇ, ਉਹਦਾ ਕਾਰਨ ਆ ਕਿ ਬੱਚੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ। ਬਸ ਸਿੱਧੇ ਤੌਰ 'ਤੇ ਇਹੀ ਹੈ ਕਿ ਇਸ ਸਕੂਲ ਦੇ ਵਿੱਚ ਸੁਧਾਰ ਕੀਤਾ ਜਾਵੇ। ਤੁਸੀਂ ਸਕੂਲ ਦੇ ਕੰਪਲੈਕਸ ਦੇ ਅੰਦਰ ਜਾ ਕੇ ਦੇਖਿਓ, ਸਕੂਲ ਆਪਣੇ ਨਾਭੇ ਤਹਿਸੀਲ ਦੇ ਘੱਟੋ ਘੱਟ ਸੈਂਕੜੇ ਸਕੂਲ ਇਹੋ ਜਿਹੇ ਨੇ ਵੀ ਜਿਨ੍ਹਾਂ ਜਿਹੜੇ ਮਾਡਲ ਸਕੂਲ ਦਾ ਭੁਲੇਖਾ ਪਾਉਂਦੇ ਨੇ। ਅਤੇ ਜੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਮਾਸਟਰ ਨੂੰ ਵੀ ਮੇਰੀ ਬੱਚੀ ਨਾਲ ਮੁਕਾਬਲਾ ਕਰਾਇਆ ਜਾਵੇ। ਮੈਂ ਜੋ ਵਰਡ ਬੱਚੀ ਨੂੰ ਬਿਨਾਂ ਕਹੇ ਬਿਨਾਂ ਦੱਸੇ ਇਹ ਕਰਦਣ ਮੇਰੀ ਬੱਚੀ ਕਰ ਲਵੇ। ਜੇ ਮੇਰੀ ਬੱਚੀ ਤੋਂ ਗਾਹਾਂ ਲੰਘ ਜਾਣਗੇ ਅਸੀਂ ਇਹਨੂੰ ਰੱਖਣ ਨੂੰ ਤਿਆਰ ਹਾਂਗੇ। ਇਹਨੂੰ ਪੜ੍ਹਾਈ ਹੋਣੀ ਬਿਲਕੁਲ ਵੀ ਆਪ ਵੀ ਆਉਂਦੀ, ਇਹਨੂੰ 1% ਨਹੀਂ ਆਉਂਦੀ ਜੀ, ਹਿਸਾਬ ਕਿਤਾਬ ਨਹੀਂ ਆਉਂਦਾ, ਜੋੜ ਘਟਾਉਣ ਨਹੀਂ ਆਉਂਦਾ ਜੀ। ਫੇਲ ਵੀ ਹੁੰਦੇ ਹੋਣਗੇ ਬੱਚੇ? ਫੇਲ ਆਉਂਦੇ ਨੇ ਜੀ, ਰਿਜ਼ਲਟ ਉਹਦੇ 'ਚ ਵੀ ਫੇਲ ਆਉਂਦਾ, 0 ਨੰਬਰ ਆਉਂਦਾ। ਮੇਰੇ ਬੱਚੇ ਦਾ ਕਿਸੇ ਬੱਚੇ ਨਾਲ ਮੁਕਾਬਲਾ ਕਰਾ ਕੇ ਦੇਖ ਲਓ, ਅੱਜ ਢੀਲੋਵਾਲ ਦੇ ਵਿੱਚ ਪਹਿਲੇ ਨੰਬਰ 'ਤੇ ਹੈ ਜੀ। ਸੋਹਣਾ ਹੈ ਵੀ ਅਸੀਂ ਬੱਚਿਆਂ ਨੂੰ ਕਿੱਥੇ ਭੇਜੀਏ, ਸਾਨੂੰ ਐਂ ਦੱਸੋ। ਅਸੀਂ ਗਰੀਬ ਆਂਗੇ ਘਰੋਂ ਵੀ, ਅਸੀਂ ਤਾਂ ਉਹੀ ਕਰਦੇ ਉਹੀ ਖਾਂਦੇ ਹਾਂ ਵੀ ਹੁਣ ਅਸੀਂ ਬੱਚਿਆਂ ਨੂੰ ਕਿੱਥੇ, ਨਾ ਤਾਂ ਅਸੀਂ ਸਕੂਲਾਂ ਦੇ ਵਧੀਆ 'ਚ ਪਾ ਸਕਦੇ ਹਾਂ ਵੀ, ਨਾ ਅਸੀਂ ਬਾਈਨਾਂ 'ਚ ਭੇਜ ਸਕਦੇ ਹਾਂ, ਅਸੀਂ ਤਾਂ ਹੁਣ ਇਹੀ ਸਕੂਲਾਂ 'ਚ ਪੜ੍ਹਾ ਸਕਦੇ ਹਾਂ ਵੀ ਸਾਨੂੰ ਆਏ ਆ ਵੀ ਕੋਈ ਟੀਚਰ ਵਧੀਆ ਤੋਂ ਵਧੀਆ ਆ ਜਾਣ, ਸਾਡੇ ਬੱਚਿਆਂ ਦੀ ਜ਼ਿੰਦਗੀ ਬਣ ਜੇ। ਇਸ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਮੁੱਖ ਅਧਿਆਪਕ ਕੁਲਵਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਮੰਨਿਆ ਕਿ ਇਸ ਸਕੂਲ ਵਿੱਚੋਂ ਵਿਦਿਆਰਥੀ ਹਟ ਕੇ ਨਾਲ ਦੇ ਸਕੂਲ 'ਚ ਚਲੇ ਜਾਂਦੇ ਨੇ। ਉਹਨਾਂ ਨੇ ਕਿਹਾ ਕਿ ਜੇਕਰ ਸਕੂਲ 'ਚੋਂ ਬੱਚੇ ਹਟ ਕੇ ਕਿਸੇ ਹੋਰ ਸਕੂਲ 'ਚ ਜਾਂਦੇ ਨੇ ਤਾਂ ਇਸ ਦੇ ਵਿੱਚ ਉਹਨਾਂ ਦਾ ਕੋਈ ਕਸੂਰ ਨਹੀਂ ਹੈ। ਸਕੂਲ 'ਚ ਪੜ੍ਹਾਈ ਨਹੀਂ ਹੁੰਦੀ, ਬੱਚੇ ਹਟ ਕੇ ਹੋਰਾਂ ਸਕੂਲਾਂ 'ਚ ਚਲੇ ਗਏ, ਕੀ ਕਾਰਨ? ਇਹ ਵੀਰ ਜੀ, ਪਿੰਡ 'ਚ ਕਈ ਸ਼ਰਾਰਤੀ ਅਨਸਰ ਨੇ ਜਿਹੜੇ ਪਿੰਡ 'ਚ ਧੜੇਬੰਦੀ ਪੈਦਾ ਕਰਦੇ ਨੇ, ਉਹ ਧੜੇਬੰਦੀ ਨੂੰ ਸਕੂਲ 'ਚ ਵਾੜ ਰਹੇ ਨੇ। ਸਕੂਲ ਚੰਗਾ ਭਲਾ ਬਹੁਤ ਵਧੀਆ ਚੱਲ ਰਿਹਾ, ਮੈਂ ਇਸੇ ਸਕੂਲ 'ਚ ਲਗਭਗ 17-18 ਸਾਲ ਦਾ ਜੋਬ ਕਰਦਾ। ਕੀ ਕਾਰਨ ਕੀ ਕਾਰਨ ਆ ਜਿਹੜੇ ਹੈਗੇ ਬੱਚੇ ਹਟਣ ਦਾ ਕਾਰਨ ਕੀ ਹੈ? ਪੜ੍ਹਾਈ ਨਹੀਂ ਵਧੀਆ ਹੁੰਦੀ, ਕੀ ਕਾਰਨ? ਨਹੀਂ, ਪੜ੍ਹਾਈ ਤਾਂ ਜੀ ਮਹਿਕਮੇ ਨੇ ਦੇਖਣੀ ਆ, ਅਸੀਂ ਮਹਿਕਮਾ ਸਾਨੂੰ ਸਮੇਂ 'ਤੇ ਚੈੱਕ ਕਰਦਾ ਸਾਡੇ ਉਹ ਇਹ ਕਿਸੇ ਦੇ ਦੋਸ਼ ਲਾਉਣ ਨਾਲ ਦੋਸ਼ ਨਹੀਂ ਬਣ ਜਾਂਦੇ ਹੁੰਦੇ, ਉਹ ਤਾਂ ਇਹ ਜੀ ਕੋਈ ਗੱਲਬਾਤ ਨਹੀਂ ਹੈਗੀ। ਜਿਹੜੇ ਫਿਰ ਬਾਹਰ ਰੋਸ ਪ੍ਰਦਰਸ਼ਨ ਕਰਦੇ ਨੇ ਇਹ ਪਿੰਡ ਵਾਸੀਆਂ ਦਾ ਰੋਸ, ਇੱਥੇ ਸਕੂਲ 'ਚ ਚੰਗੀ ਪੜ੍ਹਾਈ ਨਹੀਂ ਹੁੰਦੀ ਜਿਸ ਕਰਕੇ ਅਸੀਂ ਲਾਗਲੇ ਪਿੰਡਾਂ ਦੇ ਵਿੱਚ ਬੱਚੇ ਲਾ ਦਿੱਤੇ। ਹਾਂਜੀ, ਉਹ ਵੀਰ ਜੀ ਉਹ ਜਿਹੜੇ ਲੋਕ ਧਰਨੇ ਮੁਜ਼ਾਹਰੇ ਕਰ ਰਹੇ ਨੇ ਉਹਨਾਂ ਸ਼ਰਾਰਤੀ ਅਨਸਰਾਂ ਦੇ ਕੰਮ ਆ ਜੀ। ਨਹੀਂ, ਉਹਨਾਂ ਨੂੰ ਕੀ ਫਾਇਦਾ ਹੋਊਗਾ ਜਦੋਂ ਕਿ ਇੱਥੇ ਆਲਾ ਲੋਕਲ ਪਿੰਡ 'ਚ ਪੜ੍ਹਾਊਗਾ, ਉਹਨੂੰ 2 ਕਿਲੋਮੀਟਰ ਭੇਜਣ ਦੀ ਕੀ ਲੋੜ ਆ? ਨਹੀਂ, ਉਹ ਤਾਂ ਬੱਚੇ ਤਾਂ ਜੀ 2 ਕਿਲੋਮੀਟਰ ਸਾਡੇ 20 ਕਿਲੋਮੀਟਰ ਤੱਕ ਵੀ ਜਾਂਦੇ ਨੇ ਪੜ੍ਹਨ ਤਾਂ, ਠੀਕ ਆ। ਅਸੀਂ ਹਰ ਬੱਚੇ ਨੂੰ ਇਹ ਨਹੀਂ ਕਹਿ ਸਕਦੇ ਹੈਗੇ ਵੀ ਤੁਸੀਂ ਸਾਡੇ ਕੋਲ ਪੜ੍ਹੋ, ਉਹ ਉਹਨਾਂ ਦੀ ਮਰਜ਼ੀ ਆ। ਵੀ ਅਸੀਂ ਤਾਂ ਉਹਨਾਂ ਨੂੰ ਇੱਕ ਪਲੇਟਫਾਰਮ ਦੇਣਾ ਵੀ ਸਾਡੇ ਕੋਲ ਪੜ੍ਹੋ। ਹੁਣ ਬੱਚੇ ਪ੍ਰਾਈਵੇਟ ਸਕੂਲਾਂ 'ਚ ਵੀ ਬਹੁਤ ਪੜ੍ਹਦੇ ਨੇ, ਇਹ ਵੀ ਸਾਡੇ ਕੋਲ ਪਹਿਲਾਂ ਪ੍ਰਾਈਵੇਟ ਸਕੂਲਾਂ 'ਚ ਵੀ ਆਏ ਹੋਏ ਸੀਗੇ। ਇਸ ਸੰਬੰਧੀ ਜਦੋਂ ਬਲਾਕ ਸਿੱਖਿਆ ਅਫਸਰ ਹਰਤੇਜ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮੁੱਖ ਅਧਿਆਪਕ ਦੇ ਖਿਲਾਫ ਕਾਫੀ ਸ਼ਿਕਾਇਤਾਂ ਆਈਆਂ ਹੋਈਆਂ ਨੇ, ਅਸੀਂ ਉੱਚ ਅਧਿਕਾਰੀਆਂ ਨੂੰ ਲਿਖ ਕੇ ਭੇਜ ਦਿੱਤਾ ਹੈ ਤਾਂ ਯੋਗ ਕਾਰਵਾਈ ਛੇਤੀ ਹੀ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਜੋ ਸਕੂਲ 'ਚ ਸਾਫ਼ ਸਫਾਈ ਦਾ ਮਾੜਾ ਹਾਲ ਹੈ ਉਸ ਸੰਬੰਧੀ ਵੀ ਅਲਟੀਮੇਟਮ ਦੇ ਦਿੱਤਾ ਗਿਆ। ਸਰ ਕਿਸ ਤਰ੍ਹਾਂ ਦੇਖਦੇ ਹੋ ਜੋ ਹੈੱਡ ਮਾਸਟਰ ਨੇ ਉਹਨਾਂ 'ਤੇ ਇਲਜ਼ਾਮ ਲੱਗ ਰਹੇ ਨੇ ਵੀ ਪੜ੍ਹਾਈ ਵਧੀਆ ਨਹੀਂ ਕਰਾ ਰਹੇ,
बच्चे भी स्कूलों बाहर जाके होर स्कूलों च एडमिशन ले रहे हैं, किस तरह तुसी करके हो विजिट? देखो असं अज भी जा रहे हैं, असं पहले पड़ताल करी थी एस डी एम साहब वालों भी एक पड़ताल हो चुकी है, पहला उन्होंने प्रिंसीपल साहब की ड्यूटी लाई थी, कुछ क गल् सानू लगे जो खामे दें उन्हें दूर करने वास्ते उन्होंने बार लगे दी, पिछली बार असं रिटर्न उन्होंने बार दे के आए, तो हुण भी कल भी अज भी मैं बच्चे के कापियों खुद आप चैक करके आया, जिहड़े त्रुटियां सी असीं लिख के आए उन्होंने, तो असं हुण तार दा पत्र भी जारी करता, डी ओ सर खुद उत्थे भी कल असीं बुलाया सीगा अपने जिले जिला सिक्ख्या अधिकारी साहब दे कोल भी जाके ने उन्हां कोल केस गया चलिया गया, इस करके इस तरह से पड़ताल कर सकते हैं, जो सानू खामे लगनगे असीं जरूर ही उन्हां नू दूर करन दी कोशिश करांगे। बच्चे जिहड़े बच्चे तां घट रहे ने स्कूल च जिवें होर स्कूलों च जा रहे ने, क्योंकि पिंड विच काफ़ी स्ट्रेंथ थी पहले बच्चों नू, बच्चे घट रहे जी असीं पड़ताल करावांगे ते जल्दी इहदे बारे तुहानू दस्सांगे की कारण की है, पर हुण देखना होगा कि मुख अध्यापक ते कोई कार्रवाई की जाती है जा नहीं, जां फिर बच्चे स्कूल चो हट के दूजे स्कूलों विच इसे तरह जाते रहेंगे, ये तो आने वाला समा ही दसेगा। लिविंग इंडिया न्यूज़ के लिए नाभा तो डिंपल की रिपोर्ट।